ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਕਿਸ ਤਰੀਕੇ ਦੇ ਲੋਕ ਇਸ ਦੁਨੀਆ 'ਚ ਹੁੰਦੇ ਨੇ, ਇਸ ਖਬਰ ਨੂੰ ਵੇਖ ਕੇ ਤੁਹਾਨੂੰ ਵੀ ਮਹਿਸੂਸ ਹੋਏਗਾ ਕਿ ਆਖਿਰਕਾਰ ਰਿਸ਼ਤਿਆਂ ਦੀ ਕੀ ਕਦਰ ਰਹਿ ਗਈ। ਦਰਅਸਲ ਇੱਕ ਸ਼ਖਸ ਦਾ ਦਿਲ ਆਪਣੇ ਰਿਸ਼ਤੇਦਾਰ ਦੇ ਵਿੱਚ ਹੀ ਇੱਕ ਮਹਿਲਾ ਦੇ ਉੱਤੇ ਆ ਗਿਆ। ਉਸਨੇ ਉਸ ਮਹਿਲਾ ਦੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਕਾਮਯਾਬ ਨਹੀਂ ਹੋਇਆ। ਫਿਰ ਉਸਨੇ ਆਪਣੀ ਮਾਂ ਅਤੇ ਚਾਚੀ ਨੂੰ ਆਪਣਾ ਦੁੱਖੜਾ ਰੋਇਆ। ਹੈਰਾਨੀ ਦੀ ਗੱਲ ਹੈ, ਉਸਨੂੰ ਰੋਕਣ ਦੀ ਬਜਾਏ ਉਸਦੀ ਮਾਂ ਅਤੇ ਚਾਚੀ ਵੀ ਉਸਦੀ ਮਦਦਗਾਰ ਬਣ ਗਏ ਤੇ ਇੱਕ ਦਿਨ ਰਿਸ਼ਤੇਦਾਰ ਮਹਿਲਾ ਨੂੰ ਆਪਣੇ ਘਰ ਬੁਲਾ ਲਿਆ। ਮਹਿਲਾ ਨੂੰ ਮੁੰਡਾ ਤਾਂ ਆਪਣੇ ਘਰ ਲੈ ਆਇਆ, ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸਦੇ ਮਨ 'ਚ ਕੀ ਦੌੜ ਰਿਹਾ। ਇਸ ਦੌਰਾਨ ਅਚਾਨਕ ਉਸ ਮਹਿਲਾ ਨੂੰ ਕਮਰੇ ਦੇ ਅੰਦਰ ਵਾੜ ਕੇ ਮੁੰਡੇ ਦੀ ਮਾਂ ਅਤੇ ਚਾਚੀ ਨੇ ਕੁੰਡੀ ਲਾ ਦਿੱਤੀ ਅਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਹੈਰਾਨ ਕਰਨ ਵਾਲਾ ਸੀ। ਇਸ ਸਾਰੀ ਘਟਨਾ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਹਿਲਾ ਨੂੰ ਇਹ ਲੋਕ ਸੁੱਟ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮੁੰਡੇ, ਉਸਦੀ ਮਾਂ ਅਤੇ ਚਾਚੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਤੁਸੀਂ ਆਪ ਹੀ ਸੁਣੋ ਕਿਵੇਂ ਹੋਈ ਹੈ ਪੂਰੀ ਘਟਨਾ। ਪੰਜ ਤਰੀਕ ਸ਼ਾਮ 7 ਵਜੇ ਜੀ ਫੋਨ ਕੀਤਾ, ਕਹਿੰਦੇ ਵੀ ਘਰ ਕੰਮ ਆ, ਮੈਂ ਆਪਦੇ ਮੁੰਡਿਆਂ ਨੂੰ ਭੇਜਦੀ ਹੈਗੀ ਵੀ ਤੇ ਇਹਨਾਂ ਦੇ ਨਾਲ ਆ ਜਾ, ਅਤੇ ਉਹ ਮੈਨੂੰ ਆਪਦੇ ਨਾਲ ਲੈ ਕੇ ਪਿੰਡ ਲੈ ਗਿਆ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਮੋਟਰ ਜੀ ਸੀ ਉਹਨਾਂ ਦੇ ਘਰ ਕੋਲ, ਉੱਥੇ ਬਿਠਾਇਆ। ਉਹਨਾਂ ਦੇ ਘਰ ਕੋਈ ਪਲੇਸ ਹੋਣਾ ਹੈਗਾ ਅਤੇ ਉਸ ਤੋਂ ਬਾਅਦ ਉਹ ਸਾਰੇ ਜਣੇ ਇਕੱਠੇ ਹੋ ਕੇ ਮੈਨੂੰ ਉਹਨਾਂ ਦੀ ਮਾਸੀ ਦੇ ਘਰ ਛੱਡ ਆਏ ਅਤੇ ਉੱਥੇ ਜਾ ਕੇ ਉਹਨਾਂ ਨੇ ਮੈਨੂੰ ਲੱਸੀ ਵਿੱਚ ਪਤਾ ਨਹੀਂ ਕੀ ਪਿਆ ਤਾ ਜੀ, ਪਤਾ ਨਹੀਂ ਲੱਗਿਆ। ਉਹ 5-6 ਜਣੇ ਸੀ। 6 ਤਰੀਕ ਨੂੰ ਉਹ ਮੈਨੂੰ ਉੱਥੋਂ ਆਪਦੇ ਪਿੰਡੋਂ ਜੋ ਬੇਹੋਸ਼ੀ ਦੀ ਹਾਲਤ 'ਤੇ ਗੱਡੀ 'ਚ ਬਿਠਾ ਕੇ ਇੱਥੇ ਜੋਧਪੁਰ ਉਹਨਾਂ ਦੀ ਇੱਕ ਸਹੇਲੀ ਆ ਗਈ, ਉਹਨਾਂ ਦੇ ਘਰ ਛੱਡ ਗਏ। ਉਹ ਮੈਨੂੰ ਗੱਡੀ ਉਹ ਕਹਿੰਦੀ ਮੈਂ ਫਸੂੰਗੀ ਵੀ ਇੱਥੇ ਵੀ ਰੋਲਾ ਪੈ ਫਸਦੇ ਨੇ ਵੀ ਕੌਣ ਆ ਇਹ ਗੁੰਮਾ ਜਿਹੜੀ ਉੱਥੇ ਡਿੱਗੀ ਪਈ ਹੈਗੀ। ਅਤੇ ਉਹਨੇ ਵੀ ਮੇਰੇ ਨਾਲ ਬਹੁਤ ਉਹ ਮੇਰੇ ਥੱਪੜ ਥੁੱਪੜ ਮਾਰੇ, ਜੂੰਡੇ ਪੱਟੇ ਵੀ ਕਿਵੇਂ ਨਾ ਕਿਵੇਂ ਇਹਨੂੰ ਗੱਡੀ 'ਚ ਪਾ ਕੇ ਸਿੱਟ ਕੇ ਆਈਏ ਵੀ ਇਹਦੇ ਘਰ ਸਿੱਟੇ ਉਹਨਾਂ ਨੇ। ਅਤੇ ਉਹ ਬਾਅਦ 'ਚ ਮੈਨੂੰ ਪਾਣੀ ਪੂਣੀ ਜਿਹਾ ਪਿਆ, ਉਹਨਾਂ ਨੇ ਮੈਨੂੰ ਸੁਰਤ ਆਈ ਥੋੜ੍ਹੀ ਜਿਹੀ ਗੱਡੀ ਦੇ ਵਿੱਚ। ਮੈਂ ਕਿਹਾ ਤੁਸੀਂ ਮੈਨੂੰ ਕਿੱਥੇ ਲੈ ਕੇ ਜਾਂਦੇ ਹੋਗੇ, ਕਹਿੰਦੀ ਕਿਤੇ ਨਹੀਂ ਲੈ ਕੇ ਜਾਂਦੇ, ਕਹਿੰਦੇ ਤੇਰੀ ਮੰਮੀ ਹੋਣੀ ਕਹਿੰਦੀ ਉੱਥੇ ਹਸਨਪੁਰ ਗਏ ਹੋਏ ਨੇ ਵੀ ਉੱਥੇ ਲੈ ਕੇ ਜਾਣਾ ਤੈਨੂੰ ਚੌਂਕੀ 'ਚ। ਐਂ ਕਹਿ ਕੇ ਉਹ ਮੈਨੂੰ ਗੱਡੀ ਦੇ ਵਿੱਚ ਜਦੋਂ ਉੱਥੇ ਰਾਣੀਕੇਲ ਕੋਲ ਆ ਗਿਆ ਨਹਿਰ ਵਾਲਾ, ਉੱਥੇ ਸਿੱਟ ਕੇ ਵਾਪਸ ਮੁੜ ਗਈ। ਮੰਗਤਾ ਹੀ ਮੈਨੂੰ ਇਨਸਾਫ ਚਾਹੀਦਾ, ਮੈਂ ਪਾਸਾ ਪਾਉਣਾ। ਇਹ ਸਿੱਖੇ ਦੀ ਰਹਿਣ ਵਾਲੀ ਫੌਜੀ ਬਸਤੀ ਜੀ, ਹੋਰ ਇਸ ਨੇ ਦੱਸਿਆ ਸੀ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਦੇ ਜਿਹੜੇ ਸੀਗਾ ਅੱਜ ਗੱਗੀ ਨਾਂ ਦਾ ਲੜਕਾ, ਉਹ ਇਹਨੂੰ ਲੈ ਕੇ ਗਿਆ ਸੀ ਅਤੇ ਉਹ ਘਰ ਜਦੋਂ ਗਿਆ ਕੇ ਗਿਆ ਅਤੇ ਗੱਗੀ ਦੀ ਮਦਰ ਨੇ ਔਰ ਗੱਗੀ ਦੀ ਚਾਚੀ ਨੇ ਉਹਨੂੰ ਕੋਈ ਨਸ਼ੀਲੀ ਚੀਜ਼ ਪਿਆਈ ਜਿਸ ਕਰਕੇ ਉਹ ਮਤਲਬ ਹੋਸ਼ 'ਚ ਨਹੀਂ ਰਹੀ, ਤਾਂ ਉਹਨੂੰ ਉਹਨਾਂ ਨੇ ਅੰਦਰ ਬੈੱਡ 'ਚ ਕਮਰੇ 'ਚ ਲੈ ਗਏ ਅਤੇ ਜਿਹੜਾ ਗੱਗੀ ਸੀ ਉਹਨੇ ਉਹਦਾ ਰੇਪ ਕੀਤਾ ਔਰ ਉਹਦੀ ਜਿਹੜੀ ਮਦਰ ਅਤੇ ਉਹਦੀ ਜਿਹੜੀ ਚਾਚੀ ਸੀ ਉਹਨਾਂ ਨੇ ਉਹਨੂੰ ਔਰ ਕੁੰਡਾ ਲਾ ਕੇ ਉਹਦੀ ਹੈਲਪ ਕੀਤੀ। ਜਦੋਂ ਇਸ ਚੀਜ਼ ਤੋਂ ਬਾਅਦ ਵਿੱਚ ਉਹਨਾਂ ਨੇ ਨਸ਼ੇ ਦੀ ਹਾਲਤ ਵਿੱਚ ਉਹਨੂੰ ਬਾਹਰ ਸੁੱਟਣ ਲਹਿਰ 'ਤੇ ਸੁੱਟਣ ਦੀ ਕੋਸ਼ਿਸ਼ ਵੀ ਕੀਤੀ, ਫਿਰ ਰਾਹਗੀਰਾਂ ਨੇ ਉਹਨੂੰ ਚੱਕ ਕੇ ਦਾਖਲ ਵੀ ਕਰਵਾਇਆ ਅਤੇ ਉਹ ਕੱਲ੍ਹ ਤੱਕ ਤਾਂ ਲੜਕੀ ਅਨਫਿਟ ਸੀਗੀ, ਅੱਜ ਲੜਕੀ ਫਿੱਟ ਆ, ਉਹਦਾ ਬਿਆਨ ਲਿਖਿਆ ਗਿਆ ਅਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। 3 ਬੰਦਿਆਂ ਦੇ ਖਿਲਾਫ਼ ਪਰਚਾ ਦੇ ਰਹੇ ਹਾਂ। ਇਨਵੈਸਟੀਗੇਸ਼ਨ ਵਿੱਚ ਇੱਕ ਹੋਰ ਵੀ ਸਾਹਮਣੇ ਆਇਆ ਉਹਨਾਂ ਤੋਂ ਇਲਾਵਾ, ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ, ਕਿੰਨੇ ਜਣੇ ਦਾ ਮਾਮਲਾ ਦਰਜ ਹੋ ਰਿਹਾ? 3 ਜਣਿਆਂ ਦੇ ਹੋ ਰਿਹਾ, ਗੱਗੀ ਦੇ ਹੋ ਰਿਹਾ, ਵੀਰਾਂ ਦੇ ਔਰ ਪੰਮੀ ਦੇ ਖਿਲਾਫ਼ ਮੁਕਦਮਾ ਦਰਜ ਕੀਤਾ ਜਾ ਰਿਹਾ। ਹੋਰ ਜਿਵੇਂ ਹੁਣ ਗਾਂਗਾ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਕੋਈ ਹੋਰ ਵੀ ਤੱਥ ਸਾਹਮਣੇ ਆਏ ਤਾਂ ਉਹ ਵੀ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਲਾਟਰੀ ਨੰਬਰ ਸਪੈਸ਼ਲਿਸਟ ਬਾਬਾ ਜੀ, ਲੋਟੋਮੈਕਸ ਐਂਡ ਮੈਗਾ ਮਿਲੀਅਨ 100% ਗਰੰਟੀ ਦੇ ਨਾਲ ਲਵਾਓ। ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਘਰ ਬੈਠੇ ਕਰਵਾਓ। 40 ਸਾਲ ਦਾ ਮਹਾਨ ਤਜਰਬਾ, ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਰੋਂਦੇ ਹੋਏ ਆਓਗੇ, ਹੱਸਦੇ ਹੋਏ ਜਾਓਗੇ। ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ, PR, ਲਵ ਮੈਰਿਜ, ਵਿਆਹ ਲਈ ਮਾਤਾ ਪਿਤਾ ਨੂੰ ਮਨਾਉਣਾ, ਸਵਤਨ ਦੁਸ਼ਮਣ ਤੋਂ ਨਿਪਟਾਰਾ, ਕਰਜ਼ਾ ਮੁਕਤੀ, ਗੁਪਤ ਖਜ਼ਾਨਾ ਗਰੰਟੀ ਨਾਲ। ਬਾਬਾ ਅਮਰਦੀਪ ਸਿੰਘ, 84270-3347।